ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ ਹੈ। 20 ਤਰੀਕ ਆ ਰਹੀ ਹੈ, ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਸੰਗਤਾਂ, ਧਿਆਨ ਦੇ ਨਾਲ ਇਹ ਬੇਨਤੀ ਨੂੰ ਜ਼ਰੂਰ ਸੁਣਿਓ ਅਤੇ ਅੱਗੇ ਸ਼ੇਅਰ ਕਰਿਓ। ਇਸ ਵਾਰ ਦਾ ਜੋ ਸਮਾਗਮ ਹੈ ਉਹ ਸ਼ਾਮ ਨੂੰ 5 ਤੋਂ 7 ਵਜੇ ਤੱਕ ਹੋਏਗਾ। ਬੀਬੀ ਕੌਲਾਂ ਜੀ ਦੇ ਗੁਰਦੁਆਰੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਅਸੀਂ ਸਾਰੇ ਕੀਰਤਨ ਦੇ ਜੋ ਮੰਡਲ ਦੇ ਵਿੱਚ ਜੁੜਾਂਗੇ, ਕਿਉਂਕਿ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਜੋ ਅਮੈਰੀਕਾ ਆਇਆ ਹੋਇਆ, ਔਰ 20 ਤਰੀਕ ਨੂੰ ਸਵੇਰ ਦੀ ਸਾਡੀ ਵਾਪਸੀ ਹੈ ਅੰਮ੍ਰਿਤਸਰ ਦੀ। ਅਤੇ ਇਸ ਕਰਕੇ 20 ਤਰੀਕ ਸ਼ਾਮ ਦਾ ਸਮਾਗਮ 5 ਤੋਂ 7 ਵਜੇ ਤੱਕ ਦਾ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਏਗਾ। ਇਹ ਸਥਾਨ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਜੀ ਦੇ ਬਿਲਕੁਲ ਕੋਲ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਬੁੱਢਾ ਸਿੰਘ ਜੀ ਨੇ ਚਰਨ ਪਾਏ, ਭਾਈ ਵਿਧੀ ਚੰਦ ਜੀ ਨੇ ਚਰਨ ਪਾਏ ਨੇ, ਬਾਬਾ ਟਲ ਰਾਏ ਸਾਹਿਬ ਜੀ ਇਸ ਅਸਥਾਨ 'ਤੇ ਖੇਡਦੇ ਰਹੇ ਨੇ। ਔਰ ਮੇਰੀ ਬੇਨਤੀ, ਭੁੱਲਿਓ ਨਾ, ਐਡਾ ਵੱਡਾ ਅਸਥਾਨ, ਇੰਨੀਆਂ ਬਖਸ਼ਿਸ਼ਾਂ ਸਾਡੀ ਝੋਲੀ 'ਚ ਪੈਣੀਆਂ ਨੇ ਇਹਨੇ ਮਹਾਂਪੁਰਖਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ। ਅਤੇ 20 ਤਰੀਕ ਨੂੰ 4:30 ਵਜੇ ਸ਼ਾਮ ਤੱਕ ਸਭ ਨੇ ਪਹੁੰਚ ਜਾਣਾ। 5 ਤੋਂ 7 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ ਪ੍ਰੋਗਰਾਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ 'ਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ। ਹਰ ਐਤਵਾਰ ਅਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾੜ ਜਪਜੀ ਸਾਹਿਬ, 2 ਪਾੜ ਚੁਪਈ ਸਾਹਿਬ, 1 ਪਾੜ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ 1 ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ, ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾ ਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ, ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ, ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ ਤਕਰੀਬਨ 11 ਤੋਂ ਲੈ ਕੇ 3:30 ਵਜੇ ਤੱਕ ਇਹ ਚੁਪਹਿਰਾ ਜਪ ਤਪ ਸਮਾਗਮ ਹੁੰਦਾ, ਕਿਉਂਕਿ ਮੌਸਮ ਹੁਣ ਤਬਦੀਲ ਹੋ ਗਿਆ, ਠੰਡ ਵੱਧ ਰਹੀ ਹੈ। ਅਤੇ ਮੇਰੀ ਬੇਨਤੀ ਹੈ ਕਿਸੇ ਨੇ ਵੀ ਐਤਵਾਰ ਅਤੇ ਐਤਵਾਰ ਆਉਣ ਤੋਂ ਗੁਰੇਜ਼ ਨਹੀਂ ਕਰਨਾ, ਔਰ ਵਹੀਰਾਂ ਘੱਤ ਕੇ ਪਹੁੰਚਣਾ। ਜੇ ਕਿਤੇ ਥੋੜ੍ਹੀ ਬਹੁਤੀ ਠੰਡ ਮਹਿਸੂਸ ਹੋਵੇ ਨਾ, ਤਾਂ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਓ, ਠੰਡ ਤੁਹਾਨੂੰ ਲੱਗੇਗੀ ਨਹੀਂ, ਇਹ ਮੇਰੀ ਗਰੰਟੀ ਹੈ। ਔਰ ਹਰ ਐਤਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ
ਜੋ ਸੰਗਤਾਂ ਸ਼ਹਿਰ ਤੋਂ ਆਉਂਦੀਆਂ ਨੇ ਜਾਂ ਤਰਨ ਤਾਰਨ ਸਾਹਿਬ ਵੱਲੋਂ ਆਉਂਦੀਆਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਵਾਸਤੇ ਬੱਸਾਂ ਦਾ ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ, ਜਿਹੜੀਆਂ ਤੁਹਾਨੂੰ ਗੱਡੀਆਂ ਇੱਥੇ ਲੈ ਵੀ ਆਉਂਦੀਆਂ ਨੇ ਔਰ ਵਾਪਸੀ ਉੱਥੇ ਛੱਡ ਵੀ ਦਿੰਦੀਆਂ ਨੇ। ਭੁੱਲਣਾ ਨਹੀਂ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ, ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੁਪਈ ਸਾਹਿਬ ਜੀ ਦੇ, ਨਾਲ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3:15 ਤੱਕ ਦਾਸ ਕੀਰਤਨ ਦੀ ਹਾਜ਼ਰੀ, 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਧੰਨ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗਰੀਬ ਨਿਵਾਜ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਇਸ ਅਸਥਾਨ ਦਾ ਦਾਸਾਂ ਵੱਲੋਂ ਤੀਸਰਾ ਸਮਾਗਮ ਹੈ ਦੂਰੋਂ ਨੇੜਿਓਂ ਚੱਲ ਕੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਪਹੁੰਚਿਆ ਔਰ ਪਹੁੰਚ ਰਿਹਾ ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਲਾਈਵ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ 'ਚ ਆਪੋ ਆਪਣੇ ਘਰਾਂ 'ਚ ਨਗਰਾਂ 'ਚ ਜੁੜੇ ਜੁੜ ਰਹੇ ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਯੂਟਿਊਬ ਦਾ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਲਾਹਾ ਪ੍ਰਾਪਤ ਕਰ ਸਕਣ ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ ਚਰਨਾਂ ਵਿੱਚ ਕੌਣ ਬੈਠਾ ਹੈ ਆਖੋ ਧੰਨ ਬਾਬਾ ਦੀਪ ਸਿੰਘ ਜੀ ਅਤੇ ਬੜੇ ਪਿਆਰ 'ਚ ਕੁਝ ਕਮੈਂਟ ਆਪਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜੀਏ ਉਸ ਤੋਂ ਬਾਅਦ ਜਿੱਥੋਂ ਅਸੀਂ ਰਾਤੀਂ ਕਥਾ ਛੱਡੀ ਸੀ
ਉੱਥੋਂ ਹੀ ਅੱਗੋਂ ਪ੍ਰਕਰਨ ਸ਼ੁਰੂ ਕਰਾਂਗੇ ਸਤਿਗੁਰੂ ਸੇਵਾ ਲੈਣ। ਆਓ ਬੜੇ ਪਿਆਰ 'ਚ ਹਾਜ਼ਰੀ ਲਾਇਓ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ 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 ਜੀ ਬਾਬਾ ਦੀਪ ਸਿੰਘ 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 ਜੀ ਜੁੜ ਜਾਓ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਧੰਨ ਗੁਰੂ ਰਾਮਦਾਸ 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 ਜੀ ਮੇਰੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਵਾਹਿਗੁਰੂ 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 ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੇ ਪੀ ਸਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੇ ਪੀ ਸਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਸਾਰੇ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੇ ਪੀ ਸਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੇ ਪੀ ਸਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਲਉ ਹਜ਼ਰੀ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੇ ਵੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ
ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਵਾਹੀ ਤੂੰ ਮੇਰਾ, ਓ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਵਾਹਿਗੁਰੂ 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 ਵਾਹਿਗੁਰੂ, ਸਭ ਜੁੜ ਜਾਓ, ਵਾਹਿਗੁਰੂ 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 ਵਾਹਿਗੁਰੂ, ਸਭ ਦੀ ਆਵਾਜ਼ ਆਵੇ ਪਿਆਰਿਓ, ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ, ਅਜੇ ਸਾਰੇ ਨਹੀਂ ਬੋਲ ਰਹੇ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ਾਨਾ ਆਪਾਂ ਦੋ ਤਿੰਨ ਜ਼ਰੂਰੀ ਬੇਨਤੀਆਂ ਕਰਦੇ ਹਾਂ ਜੋ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਵੀ ਹੁੰਦੀਆਂ ਨੇ ਔਰ ਤੁਹਾਡੇ ਡਿੱਗਦੇ ਹੋਏ ਮਨਾਂ ਨੂੰ ਸਪੋਰਟ ਦੇਣ ਵਾਲੀਆਂ ਵੀ ਹੁੰਦੀਆਂ ਨੇ, ਉਹ ਬੇਨਤੀਆਂ ਕਰਕੇ ਫਿਰ ਆਪਾਂ ਸ਼ਬਦ ਪੜ੍ਹਨਾ। ਇੱਕ ਵਾਰੀ ਫਿਰ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਵੇਂ ਬੱਚਾ ਆਪਣੇ ਪਿਓ ਨੂੰ ਕਈ ਵਾਰੀ ਲਾਡ 'ਚ ਆਵਾਜ਼ ਮਾਰਦਾ ਹੈ ਨਾ, ਧੀ ਆਪਣੇ ਪਿਓ ਨੂੰ ਆਵਾਜ਼ ਮਾਰਦੀ ਲਾਡ ਵਿੱਚ, ਉਹਦਾ ਬਾਪੂ ਜੀ ਦਾ ਨਾਮ ਲਾਡ 'ਚ ਲਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਬੇਨਤੀ ਸੁਣਿਓ, ਆਪਣੇ ਆਪ ਨੂੰ ਗਿਆਨੀ ਸਮਝੋ। ਸੁਣਿਓ, ਗਿਆਨੀ ਦਾ ਮਤਲਬ ਜੋ ਵੀ ਤੁਹਾਡੇ ਕੋਲ ਗੁਣ ਹੈ ਆਪਣੇ ਗੁਣ ਦੇ ਉੱਤੇ ਤੁਸੀਂ ਕੌਨਫੀਡੈਂਸ ਰੱਖੋ, ਕੋਈ ਗਲਤ ਨਹੀਂ ਹੁੰਦਾ। ਆਪਣੇ ਉੱਪਰ ਕੌਨਫੀਡੈਂਸ ਰੱਖਣਾ, ਜੋ ਤੁਹਾਨੂੰ ਪਿਤਾ ਜੀ ਨੇ ਗੁਣ ਦਿੱਤੇ ਨੇ ਉਹਨਾਂ ਗੁਣਾਂ ਦੇ ਜੋ ਪਿਆਰ ਦੇ ਵਿੱਚ ਰਹਿਣਾ ਕਿ ਮੈਂ ਇਹ ਕੰਮ ਕਰ ਸਕਦਾ ਵਾਂ, ਕੋਈ ਗਲਤ ਨਹੀਂ ਹੁੰਦਾ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਜੀ ਮੈਂ ਇਹ ਕੰਮ ਕਰ ਲਾਂਗਾ, ਦੂਜਾ ਕਈ ਵਾਰੀ ਸਾਨੂੰ ਉਹ ਤੂੰ ਕਹਿ ਤਾਂ ਮੈਂ ਕਰ ਸਕਦਾ, ਇਹ ਤਾਂ ਬੜੀ ਵੱਡੀ ਅਵੱਗਿਆ ਕਰਤੀ। ਨਹੀਂ 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 ਨਹੀਂ, ਸੈਲਫ ਕੌਨਫੀਡੈਂਸ ਹੋਣਾ ਕੋਈ ਗਲਤ ਗੱਲ ਨਹੀਂ ਹੁੰਦੀ। ਮੈਂ ਇਹ ਕੰਮ, ਮੈਂ ਹੁਣ ਕੀਰਤਨ 'ਤੇ ਬਹਿ ਜਾਂ, ਮੈਨੂੰ ਪਤਾ ਮੈਂ 3 ਘੰਟੇ 4 ਘੰਟੇ ਵੀ ਕੀਰਤਨ ਕਰ ਲਾਂਗਾ, ਕੋਈ ਫਰਕ ਨਹੀਂ ਪੈਣਾ, ਮੈਂ ਕਰ ਸਕਦਾ, ਇਹ ਗਲਤ ਨਹੀਂ। ਹਾਂ, ਗਲਤ ਪਤਾ ਕੀ ਹੈ, ਇਹ ਫਲਾਣਾ ਕੰਮ ਮੈਂ ਕਰ ਸਕਦਾ ਇਹ ਗਲਤ ਨਹੀਂ। ਹਾਂ, ਫਲਾਣਾ ਕੰਮ ਮੈਂ ਹੀ ਕਰ ਸਕਦਾ ਵਾਂ, ਇਹ ਬੜੀ ਗਲਤ ਗੱਲ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਚਾਹੁਣ ਜਿਹਦੇ ਮਰਜ਼ੀ ਸਿਰ 'ਤੇ ਹੱਥ ਰੱਖ ਕੇ ਜਿਹੜੀ ਮਰਜ਼ੀ ਸੇਵਾ ਲੈ ਲੈਣ,
ਉਸ ਆਪਣੇ ਗੁਣ ਦਾ ਮਾਣ ਨਾ ਕਰ, ਆਪਣੇ ਆਪ ਨੂੰ ਗਿਆਨੀ ਸਮਝ ਪਰ ਦੂਜਿਆਂ ਨੂੰ ਮੂਰਖ ਸਮਝਣ ਦੀ ਮੂਰਖਤਾ ਨਾ ਕਰ। ਮੈਨੂੰ ਤਾਂ ਸਭ ਚੀਜ਼ਾਂ ਦਾ ਗਿਆਨ ਹੈ, ਮੈਂ ਬੜਾ ਵੱਡਾ, ਪਰ ਦੂਜਿਆਂ ਨੂੰ ਤਾਂ ਆਉਂਦਾ ਹੀ ਕੱਖ ਨਹੀਂ। ਇੱਥੇ ਆ ਕੇ ਬੰਦਾ ਮਾਰ ਖਾਂਦਾ, ਇਹ ਨਹੀਂ ਆਪਾਂ ਹੋਣ ਦੇਣਾ ਕੰਮ। ਤੁਸੀਂ ਕੋਈ ਕੰਮ ਹੈ, ਹੁਣ ਤੁਸੀਂ ਜਦੋਂ ਇੱਥੇ ਆਏ ਹੋ ਬਾਹਰ ਸਾਰੇ ਅਮਰੀਕਾ ਪਹੁੰਚੇ ਹੋ, ਹੁਣ ਅੰਬੈਸੀ ਦੇ ਵਿੱਚ ਖਲੋ ਕੇ ਜਦੋਂ ਇੰਟਰਵਿਊ ਲੈ ਰਹੇ ਔਫਿਸਰ, ਉਹ ਕਹੇ ਜੀ ਕਿੱਥੇ ਚੱਲੇ? ਜੀ ਗੁਰੂ ਦੀ ਕਿਰਪਾ ਨਾਲ ਅਸੀਂ ਤਾਂ ਦਾਸ ਹਾਂ, ਅਸੀਂ ਤਾਂ ਫਲਾਣੀ ਜਗ੍ਹਾ ਚੱਲੇ, ਉਹਨੇ ਨਾਲ ਹੀ ਰਿਜੈਕਸ਼ਨ ਲਾ ਦੇਣੀ, ਇਹਨੂੰ ਤਾਂ ਗੱਲ ਹੀ ਨਹੀਂ ਕਰਨੀ ਹੁੰਦੀ। ਉੱਥੇ ਤਾਂ ਸੈਲਫ ਕੌਨਫੀਡੈਂਸ ਚੱਲਦਾ ਹੈ ਨਾ। ਸੈਲਫ ਕੌਨਫੀਡੈਂਸ ਹੋਣਾ ਕੋਈ ਗਲਤ ਗੱਲ ਨਹੀਂ, ਅਹੰਕਾਰ ਵਿੱਚ ਅਤੇ ਸੈਲਫ ਕੌਨਫੀਡੈਂਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਇਹ ਚੀਜ਼ ਨੂੰ ਸਮਝਣਾ। ਆਪਣੇ ਆਪ ਨੂੰ ਗਿਆਨੀ ਸਮਝੋ, ਗਿਆਨੀ ਦਾ ਮਤਲਬ ਜਿਹੜਾ ਕੰਮ ਕਰ ਸਕਦੇ ਕਹਿ ਦਿਓ ਕਰ ਸਕਦਾ ਜੀ। ਉੱਥੇ ਫਿਰ ਸ਼ਬਦਾਂ ਦਾ ਜਾਲ ਨਾ ਵਿਛਾ, ਜਿਹੜਾ ਕੰਮ ਕਰ ਸਕਦਾ ਡਟ ਕੇ ਕਹਿ ਮੈਂ ਕਰ ਸਕਦਾ, ਹਾਂ ਤੂੰ ਹੀ ਇਹ ਕੰਮ ਕਰ ਸਕਦਾ, ਇਹ ਬਿਲਕੁਲ ਗਲਤ ਗੱਲ ਹੈ। ਤੂੰ ਨਹੀਂ, ਜਿੰਨੇ ਵੀ ਇਸ ਫੀਲਡ ਦੇ ਵਿੱਚ ਮਿਹਨਤ ਕੀਤੀ ਉਹ ਵੀ ਇਹ ਕੰਮ ਕਰ ਸਕਦਾ ਹੈ, ਜਿਹਦੇ ਸਿਰ ਦੇ ਉੱਤੇ ਮਾਲਕ ਨੇ ਹੱਥ ਰੱਖਿਆ ਉਹ ਵੀ ਇਹ ਕੰਮ ਕਰ ਸਕਦਾ ਹੈ। ਬਸ ਆਹ ਚੀਜ਼ ਨੂੰ ਸਮਝਣਾ, ਆਪਣੇ ਆਪ ਨੂੰ ਗਿਆਨੀ ਸਮਝੋ ਪਰ ਦੂਜਿਆਂ ਨੂੰ ਮੂਰਖ ਸਮਝਣ ਦੀ ਮੂਰਖਤਾ ਨਾ ਕਰੋ ਕਿ ਮੇਰੇ ਕੋਲ ਹੀ ਸਭ ਕੁਝ, ਦੂਜੇ ਕੋਲ ਹੈ ਹੀ ਕੱਖ ਨਹੀਂ। ਉਹ ਸਾਡਾ ਤਾਂ ਨਾਮ ਹੀ ਸਿੱਖ ਹੈ, ਅਖੀਰਲੇ ਮੂਮੈਂਟ ਤੱਕ ਤੂੰ ਸਿੱਖਣਾ, ਕਦੀ ਵੀ ਕੁਝ ਬਣ ਨਾ, ਗਿਆਨ ਇਕੱਠਾ ਕਰੀ ਜਾ, ਗੁਣ ਲਈ ਚੱਲ, ਗੁਣ ਤੇ ਕੀੜੀ ਕੋਲੋਂ ਵੀ ਮਿਲ ਜਾਣੇ ਨੇ, ਗੁਣ ਤੇ ਤੂੰ ਮੰਗਤੇ ਕੋਲੋਂ ਵੀ ਲੈ ਸਕਦਾ, ਭਿਖਾਰੀ ਕੋਲੋਂ ਵੀ, ਗੁਣ ਕਿਤੋਂ ਵੀ ਤੂੰ ਇਕੱਠੇ ਕਰ। ਪਰ ਇੱਕ ਚੀਜ਼ ਦਾ ਧਿਆਨ ਰੱਖੀ, ਗੁਣਾਂ ਦੀ ਭਾਵੇਂ ਤੂੰ ਗੱਠੜੀ ਬਣ ਜਾ, ਪਰ ਪਿਆਰਿਆ ਦੂਜਿਆਂ ਨੂੰ ਮੂਰਖ ਸਮਝਣ ਦੀ ਮੂਰਖਤਾ ਫਿਰ ਵੀ ਨਹੀਂ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਕਈ ਵਾਰੀ ਨਾ ਨਿੱਕੇ ਜਿਹੇ ਪੁਆਇੰਟ ਨੂੰ ਲੈ ਕੇ ਨਾ ਬਸ ਪਿੰਚ ਕਰੀ ਜਾਂਦੇ ਹਾਂ ਦੂਜਿਆਂ ਨੂੰ, ਇਹਦੇ 'ਚ ਆਹ ਕਮੀ, ਇਹਦੇ 'ਚ ਆਹ ਕਮੀ, ਇਹਦੇ 'ਚ ਆਹ ਕਮੀ, ਮੇਰੇ 'ਚ ਨਹੀਂ, ਇਹਦੇ 'ਚ ਆਹ ਕਮੀ, ਇਹਦੇ 'ਚ ਆਹ ਕਮੀ, ਪਤਾ ਨਹੀਂ ਉਹਦੀ ਕਮੀ ਨੇ ਹੀ ਪਿਆਰੇ ਉਹਦਾ ਪਰਮੇਸ਼ਰ ਨਾਲ ਮਿਲਾਪ ਕਰਾਉਣਾ, ਕੋਈ ਪਤਾ ਨਹੀਂ ਹੁੰਦਾ। ਹੈਂਜੀ, ਗਣਕਾ ਦੀ ਕਮੀ ਸੀ ਬੜੀ ਵੱਡੀ, ਪਾਪਣ ਸੀ, ਵੇਸਵਾ ਸੀ, ਨਿੱਤ ਨਵੇਂ ਸੰਬੰਧ ਬਣਾਉਣ ਵਾਲੀ ਸੀ, ਪਰ ਉਹਦੀ ਕਮੀ ਪਰਮੇਸ਼ਰ ਨੂੰ ਉਹਦੀ ਕਮੀ ਦੇ ਉੱਤੇ ਤਰਸ ਆ ਗਿਆ। ਹੈਂਜੀ, ਮਹਾਂਪੁਰਖ ਆ ਗਏ, ਮਹਾਂਪੁਰਖ ਅਚਾਨਚੱਕ ਗਣਕਾ ਵਾੜੇ ਆਏ ਖਲੋਤਾ, ਬੂਹਾ ਖੜਕਾਇਆ ਤੇ ਆਵਾਜ਼ ਮਾਰੀ ਧੀਏ ਬੂਹਾ ਖੋਲ। ਉਹਨੇ ਦੇਖਿਆ ਬੜੇ ਨਾਵਾਂ ਨਾਲ ਮੈਨੂੰ ਵੰਨ ਸਵੰਨੇ ਨਾਵਾਂ ਨਾਲ ਬੁਲਾਉਣ ਵਾਲੇ ਆਉਂਦੇ, ਧੀਏ ਕਹਿਣ ਵਾਲਾ ਕੌਣ ਆ ਗਿਆ? ਜਦੋਂ ਬੂਹਾ ਖੋਲਿਆ ਕੀ ਵੇਖਦੀ ਹੈ ਤੇ ਮਹਾਂਪੁਰਖ ਖਲੋਤੇ ਨੇ। ਮਹਾਂਪੁਰਖ ਕਹਿੰਦੇ ਇੱਕ ਰਾਤ ਬਿਤਾਉਣ ਵਾਸਤੇ ਜਗ੍ਹਾ ਚਾਹੀਦੀ ਪੁੱਤ। ਉਹਨੇ ਅੰਦਰ ਵਾੜਿਆ ਮਹਾਂਪੁਰਖਾਂ ਨੂੰ ਤੇ ਸਾਰੀ ਗੱਲ ਦੱਸ ਦਿੱਤੀ, ਮੈਂ ਇੱਦਾਂ ਇੱਦਾਂ ਮਾੜੇ ਕਰਮ ਕਰਦੀ ਹਾਂ, ਮੈਂ ਵੇਸਵਾਂ ਵਾਂ। ਅਤੇ ਮਹਾਂਪੁਰਖਾਂ ਨੂੰ ਉਹਦੇ ਉਸ ਔਗਣ ਦੇ ਉੱਤੇ ਦਇਆ ਆ ਗਈ, ਔਗਣ ਦੇ ਉੱਤੇ। ਵੇਖੋ ਅਸੀਂ ਕਈ ਵਾਰੀ ਗੁਣਾਂ 'ਤੇ ਰੀਝਦੇ ਹਾਂ, ਗੁਣਾਂ 'ਤੇ, ਫਲਾਣਾ ਗੁਣਵਾਨ ਬੰਦਾ ਹੈ ਇਹਦੀ ਮੈਂ ਹੈਲਪ ਕਰਨੀ, ਔਗਣਿਆਰਿਆਂ ਦੀ ਨਹੀਂ ਕਰਨੀ, ਫਲਾਣਾ ਮਾਇਆ ਪੱਖੋਂ ਬੜਾ ਉੱਚਾ ਹੈ। ਅਸੀਂ ਕਈ ਵਾਰੀ ਉਹਦੀ ਕਿੰਨੀ ਬਟਨਿੰਗ ਕਰਦੇ, ਕਿੰਨਾ ਕੁਝ ਕਰੀ ਜਾਂਦੇ, ਜੇ ਉਹ ਹੀ ਗਰੀਬ ਕੋਈ ਬੰਦਾ ਅਜੇ ਕੋਲ ਨਹੀਂ ਬਹਿਣ ਦਿੰਦੇ। ਕਿੱਡੀ ਹੈਰਾਨਗੀ ਦੀ ਗੱਲ ਹੈ, ਅਸੀਂ ਰੀਝਦੇ ਹਾਂ ਗੁਣਾਂ ਦੇ ਉੱਤੇ, ਪਰ ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖ ਔਗਣਾਂ ਦੇ ਉੱਤੇ ਵੀ ਰੀਝ ਪੈਂਦੇ ਜੇ। ਹਾਂਜੀ, ਔਗਣਾਂ ਦੇ ਉੱਤੇ ਵੀ, ਕਮਾਈ ਵਾਲੇ ਔਗਣਾਂ 'ਤੇ ਵੀ ਰੀਝ ਪੈਂਦੇ ਨੇ, ਔਗਣਾਂ 'ਤੇ ਵੀ। ਹੁਣ ਮਹਾਂਪੁਰਖਾਂ ਨੂੰ ਦਇਆ ਆ ਗਈ, ਕਹਿੰਦੇ ਇਹਦਾ ਭਲਾ ਕਰਨਾ ਹੈ ਭਲਾ, ਅਤੇ ਆਪਣੇ ਕੋਲੋਂ ਨਾ ਤੋਤਾ ਦੇ ਦਿੱਤਾ, ਕਹਿੰਦੇ ਗਣਕਾ ਰਾਮ ਰਾਮ 'ਚ ਪਾਇਆ ਕਰ। ਹੁਣ ਤੁਸੀਂ ਲਿਆਓ ਬਾਜ਼ਾਰੋਂ ਤੋਤਾ, ਤੋਤੇ ਨੂੰ ਸਾਰੀ ਦਿਹਾੜੀ ਵਾਹਿਗੁਰੂ ਵਾਹਿਗੁਰੂ ਕਰਾਉਣ 'ਤੇ ਲੱਗ ਜਾਓ, ਕਰਾ ਹੀ ਨਹੀਂ ਸਕਦੇ ਤੁਸੀਂ।
ਅਸਲੀਅਤ ਵਿੱਚ ਕੱਲਾ ਤੋਤਾ ਨਹੀਂ ਦਿੱਤਾ, ਮਹਾਂਪੁਰਖਾਂ ਨੇ ਆਪਣੀ ਕਮਾਈ ਦਾ ਕਿਣਕਾ ਦੇ ਦਿੱਤਾ। ਹੇ ਪਰਮੇਸ਼ਰ, ਤੋਤਾ ਤੇ ਇੱਕ ਬਹਾਨਾ ਹੈ, ਕਿਰਪਾ ਤੇ ਤੂੰ ਵਰਤਾਉਣੀ ਹੈ। ਹਾਂਜੀ, ਤੋਤਾ ਤੇ ਇੱਕ ਬਹਾਨਾ ਹੈ, ਬਖਸ਼ਿਸ਼ ਤੇ ਤੇਰੀ ਕੰਮ ਕਰਨੀ। ਉਹੋ ਹੀ ਗਣਕਾ ਜਿਹਦਾ ਉਧਾਰ ਨਹੀਂ ਸੀ ਹੋਣਾ, ਉਹੋ ਹੀ ਗਣਕਾ ਗਈ ਬੈਕੁੰਠ ਬੇਬਾਨ ਚੜ ਨਰਕੇ ਉਸ ਨਾਲ ਖੱਦ ਸਗੋਤਾ। ਕਿੱਡੀ ਹੈਰਾਨਗੀ ਦੀ ਗੱਲ ਹੈ, ਕਿੱਡੀ ਹੈਰਾਨਗੀ ਦੀ ਗੱਲ। ਉਹ ਪਿਆਰੇ, ਉਹ ਅਸੀਂ ਤੇ ਕਮੀਆਂ ਲੱਭਦੇ ਹਾਂ, ਕਮੀਆਂ ਫਲਾਣੇ 'ਚ ਆਹ ਕਮੀ, ਫਲਾਣੇ 'ਚ ਆਹ ਕਮੀ। ਆਪਣੇ ਅੰਦਰ ਜਦੋਂ ਝਾਤੀ ਪਾਓਗੇ ਨਾ, ਆਪਣੇ ਤੋਂ ਵੱਡਾ ਕਮੀਆਂ ਵਾਲਾ ਬੰਦਾ ਦੂਜਾ ਨਜ਼ਰ ਹੀ ਨਹੀਂ ਜੀ ਆਉਣਾ। ਆਪਣੇ ਅੰਦਰ ਵੜ ਕੇ ਤੇ ਵੇਖੀਏ, ਫਿਰ ਤੇ ਕਿੰਤੂ ਪਰੰਤੂ ਦੀ ਜਗ੍ਹਾ ਨਹੀਂ ਰਹਿ ਜਾਣੀ ਅੰਦਰ। ਪਤਾ ਹੈ ਮੇਰੇ 'ਚ ਆਪਣੇ 'ਚ ਇੰਨੀਆਂ ਕਮੀਆਂ, ਮੈਂ ਦੂਜਿਆਂ 'ਚ ਕੀ ਕੱਢਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਮਾਰ ਹੀ ਇੱਥੇ ਖਾਂਦੇ ਹਾਂ ਜਦੋਂ ਆਪਣੇ ਆਪ ਨੂੰ ਗਿਆਨੀ, ਗਿਆਨੀ ਤੋਂ ਮਤਲਬ ਗੁਣਵਾਨ ਸਮਝਦੇ, ਮੈਂ ਬੜਾ ਵੱਡਾ, ਤੇ ਦੂਜਿਆਂ ਨੂੰ ਮੂਰਖ ਸਮਝਣ ਦੀ ਮੂਰਖਤਾ ਕਰੀ ਜਾਂਦੇ। ਇਹਨਾਂ ਨੂੰ ਤੇ ਕੱਖ ਪਤਾ ਹੀ ਨਹੀਂ, ਜੋ ਮੇਰੇ ਕੋਲ ਨੌਲੇਜ, ਜੋ ਮੇਰੇ ਕੋਲ ਗਿਆਨ, ਇਹਨਾਂ ਕੋਲ ਤੇ ਹੈ ਹੀ ਕੱਖ ਨਹੀਂ। ਇੱਥੇ ਬੰਦਾ ਆ ਕੇ ਮਾਰ ਖਾਂਦਾ, ਇਹ ਚੀਜ਼ ਤੋਂ ਬਚਣਾ। ਰਾਤੀ ਸੁਣਿਆ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਇਹੋ ਹੀ ਗੱਲ ਕਹੀ ਸੀ ਨਾ, ਮਹਾਰਾਜ ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋਵੇ, ਮੇਰੇ ਅੰਦਰ ਕਰਤਾਪਣ ਨਾ ਆਵੇ, ਮੈਂ ਕੁਝ ਬਣਾ ਨਾ, ਮੈਂ ਨਿਮਰਤਾ ਵਿੱਚ ਆਪਣਾ ਸਾਰਾ ਜੀਵਨ ਬਤੀਤ ਕਰਦੇ ਹਾਂ, ਕੁਝ ਬਣਾ ਨਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਬਾਪੂ ਜੀ ਨੂੰ ਮਾਰੋ ਆਵਾਜ਼, ਆਖੋ ਧੰਨ ਬਾਬਾ ਦੀਪ ਸਿੰਘ। ਬੜਾ ਹਾਜ਼ਰ ਨਾਜ਼ਰ ਬਾਬਾ ਜੀ, ਮੈਂ ਤੇ ਕੋਈ ਹੋਰ ਰੱਬ ਨਾ ਲੱਭਿਆ, ਮੈਂ ਨਾ ਹੀ ਲੱਭਣਾ ਜੀ। ਸੱਚੀ ਗੱਲ ਕਹਿੰਦੇ ਹਾਂ, ਮੇਰੇ ਲਈ ਰੱਬ ਗੁਰੂ ਰਾਮਦਾਸ ਹੈ ਤੇ ਮੇਰੇ ਲਈ ਰੱਬ ਬਾਬਾ ਦੀਪ ਸਿੰਘ ਹੈ, ਹੋਰ ਆਪਾਂ ਰੱਬ ਨਹੀਂ ਜੇ ਲੱਭਣਾ ਕੋਈ। ਤੇ ਆਹੀ ਭਾਵਨਾ ਬਣਾਓ, ਬ੍ਰਹਮ ਗਿਆਨੀ ਕੋ ਖੋਜੇ ਮਖੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਆਪ ਪਰਮੇਸ਼ਰ ਹੈ ਖੰਡੇ ਵਾਲਾ ਬਾਬਾ, ਪਰਮੇਸ਼ਰ ਰੱਬ ਹੈ ਰੱਬ। ਤੋ ਖੈਰ, ਜਿਹੜੀ ਮੈਂ ਬੇਨਤੀ ਕਰ ਰਹੇ ਹਾਂ, ਆਪਣੇ ਆਪ ਨੂੰ ਗਿਆਨੀ ਸਮਝੋ ਕੋਈ ਗੱਲ ਨਹੀਂ, ਪਰ ਦੂਜਿਆਂ ਨੂੰ ਮੂਰਖ ਸਮਝਣ ਦੀ ਮੂਰਖਤਾ ਕਦੀ ਵੀ ਨਾ ਕਰਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਦੂਜੀ ਗੱਲ ਸੁਣੋ, ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਚੰਗਿਆਂ ਦੇ ਨਾਲ ਚੰਗੇ ਬਣ ਕੇ ਰਹੋ, ਜਿਹੜੇ ਤੁਹਾਡੇ ਨਾਲ ਚੰਗਿਆ ਕਰਦੇ ਨੇ ਨਾ, ਜ਼ਰੂਰ ਉਹਨਾਂ ਨਾਲ ਚੰਗੇ ਬਣ ਕੇ ਰਿਹਾ ਕਰੋ। ਪਰ ਅਗਲਾ ਪੁਆਇੰਟ ਸੁਣਿਓ, ਚੰਗਿਆਂ ਨਾਲ ਚੰਗੇ ਬਣ ਕੇ ਰਹੋ, ਇਹ ਤੇ ਹਰੇਕ ਬੰਦੇ ਦਾ ਵੈਸੇ ਵੀ ਅਸੂਲ ਏ, ਜਾਂ ਕਹਿ ਲਓ ਸੁਭਾਅ ਏ। ਜੋ ਮੇਰੇ ਨਾਲ ਚੰਗਾ ਕਰੇਗਾ, ਮੈਂ ਉਹਦੇ ਨਾਲ ਵੀ ਚੰਗਾ ਕਰਾਂਗਾ। ਜੋ ਮੇਰਾ ਭਲਾ ਸੋਚੇਗਾ, ਮੈਂ ਜ਼ਰੂਰ ਉਹਦਾ ਭਲਾ ਸੋਚਾਂਗਾ। ਚੰਗੇ ਬੰਦਿਆਂ ਦਾ ਇਹ ਗੁਣ ਹੈ, ਕੋਈ ਨੈਗੇਟਿਵਿਟੀ ਨਹੀਂ, ਚੰਗੀ ਗੱਲ ਹੈ। ਚਲੋ, ਚੰਗਿਆਂ ਦੇ ਨਾਲ ਚੰਗੇ ਬਣ ਕੇ ਰਹੋ, ਪਰ ਬੁਰਿਆਂ ਦੇ ਨਾਲ ਬੁਰੇ ਬਣ ਕੇ ਨਾ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੁਸੀਂ ਕਹੋਗੇ ਕੀ ਕਹਿਤਾ, ਚੰਗਿਆਂ ਨਾਲ ਚੰਗੇ ਬਣ ਕੇ ਰਹਿਣਾ, ਪਰ ਬੁਰਿਆਂ ਨਾਲ ਬੁਰੇ ਬਣ ਕੇ ਨਹੀਂ ਰਹਿਣਾ। ਕਿਉਂਕਿ ਪਾਣੀ ਦੇ ਨਾਲ ਖੂਨ ਸਾਫ ਕਰ ਸਕਦੇ ਹਾਂ, ਖੂਨ ਦੇ ਨਾਲ ਕਦੀ ਵੀ ਖੂਨ ਸਾਫ ਨਹੀਂ ਜੇ ਹੁੰਦਾ। ਹੈਂਜੀ, ਸੱਚਾਈ ਹੈ ਨਾ, ਪਾਣੀ ਦੇ ਨਾਲ ਖੂਨ ਸਾਫ ਹੋ ਸਕਦਾ, ਪਰ ਖੂਨ ਦੇ ਨਾਲ ਖੂਨ ਸਾਫ ਨਹੀਂ ਹੋ ਸਕਦਾ। ਚੰਗਿਆਂ ਨਾਲ ਚੰਗੇ ਬਣ ਕੇ ਰਹਿਣਾ, ਪਰ ਬੁਰਿਆਂ ਨਾਲ ਬੁਰੇ ਬਣ ਕੇ ਨਹੀਂ ਰਹਿਣਾ। ਉਹਨਾਂ ਦਾ ਵੀ ਭਲਾ ਮੰਗਣਾ ਗਰੀਬ ਨਿਵਾਜ, ਇਹਨਾਂ ਨੂੰ ਸੁਮਤ ਦੇ ਦੇ, ਸੁਮਤ ਦੇ ਦੇ। ਇਹ ਮੇਰੇ ਪਰਿਵਾਰ ਦੇ ਜੀ ਨੇ, ਚਲੋ ਇਸ ਵੇਲੇ ਜੇ ਭਟਕ ਰਹੇ ਨੇ, ਮੇਰੇ ਵਿਰੋਧ ਹੀ ਖੜੇ ਹੋ ਗਏ ਨੇ ਨਾ, ਮੇਰੀ ਵਿਰੋਧਤਾ ਕਰਦੇ ਨੇ ਨਾ, ਬਾਬਾ ਕਿਰਪਾ ਦਾ ਖਾਤਾ ਖੋਲ, ਇਹ ਵੀ ਪੱਗ ਬਣਦੇ ਨੇ, ਮੈਂ ਵੀ ਪੱਗ ਬਣਦਾ। ਬਾਪੂ ਇਹਨਾਂ ਦਾ ਵੀ ਉਹੀ ਹੈ ਤੇ ਮੇਰਾ ਬਾਪੂ ਵੀ ਤੂੰ ਹੀ ਹੈ। ਕਿਰਪਾ ਕਰ, ਜੇ ਇਹ ਭਟਕ ਰਹੇ ਨੇ ਤੇ ਇਹਨਾਂ ਨੂੰ ਸੁਮਤ ਬਖਸ਼ ਦੇ।
ਆਖੋ ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਚੰਗਿਆਂ ਨਾਲ ਚੰਗੇ ਬਣ ਕੇ ਰਹਿਣਾ, ਪਰ ਬੁਰਿਆਂ ਨਾਲ ਬੁਰੇ ਬਣ ਕੇ ਰਹਿਣਾ। ਬੁਰੇ ਬਣ ਕੇ ਰਹਿਣਾ, ਉੱਚੀ ਬੋਲੋ, ਬੁਰੇ ਬਣ ਕੇ ਰਹਿਣਾ। ਹਾਂ, ਚੰਗਿਆਂ ਨਾਲ ਚੰਗੇ ਬਣ ਕੇ ਰਹਿਣਾ, ਪਰ ਬੁਰਿਆਂ ਨਾਲ ਬੁਰੇ ਬਣ ਕੇ ਨਹੀਂ ਰਹਿਣਾ, ਕਿਉਂਕਿ ਪਾਣੀ ਦੇ ਨਾਲ ਖੂਨ ਸਾਫ਼ ਹੁੰਦਾ, ਖੂਨ ਦੇ ਨਾਲ ਖੂਨ ਨਹੀਂ ਸਾਫ਼ ਹੁੰਦਾ। ਜਿੰਨੀ ਮਰਜ਼ੀ ਬੁਰਿਆਈ ਵਧਾਈ ਚੱਲੋ ਵੱਧਦੀ ਜਾਏਗੀ, ਜਿੰਨੀ ਮਰਜ਼ੀ ਦੀਵਾਰ ਖੜੀ ਕਰਦੇ ਚੱਲੋ ਵੱਡੀ ਹੁੰਦੀ ਜਾਏਗੀ। ਉਹ ਦੀਵਾਰ ਵਧਾ ਨਾ, ਦੀਵਾਰ ਨੂੰ ਢਾ ਢਾ। ਅਸੀਂ ਤੇ ਗੁਰੂ ਘਰ 'ਚ ਵੀ ਦੀਵਾਰਾਂ ਖੜੀਆਂ ਕਰਤੀਆਂ, ਮਾਫ਼ੀ ਦੇਣਾ, ਸੱਚਾਈ ਕਹਿ ਰਿਹਾ। ਮੈਂ ਚਿੱਟੀ ਪੱਗ ਬੰਨਦਾ, ਮੈਂ ਨੀਲੀ ਪੱਗ ਬੰਨਦਾ, ਮੈਂ ਕਾਲੀ ਪੱਗ ਬੰਨਦਾ, ਮੈਂ ਦੁਮਾਲਾ ਸਜਾਉਂਦਾ, ਮੈਂ ਫਲਾਣੀ ਸੰਪਰਦਾਏ ਦਾ ਮੈਂਬਰ ਹਾਂ, ਮੈਂ ਫਲਾਣੀ ਜਗ੍ਹਾ ਤੋਂ ਅਮਰਾ ਛਕਿਆ, ਮੈਂ ਤੇ ਇਹਨੂੰ ਫਤਿਹ ਬੁਲਾਉਣੀ ਨਹੀਂ, ਮੈਂ ਤਾਂ ਫਲਾਣੀ ਸੰਸਥਾ ਦਾ ਮੈਂਬਰ, ਮੈਂ ਇਹਨੂੰ ਕਿਉਂ ਬੁਲਾਵਾਂ। ਹੈ ਜੀ, ਕਮਾਲ ਦੀ ਗੱਲ ਹੈ ਯਾਰ, ਕਮਾਲ ਦੀ ਗੱਲ। ਅਸੀਂ ਕਿਉਂ ਭੁੱਲਦੇ ਹਾਂ, ਭਾਵੇਂ ਕੋਈ ਚਿੱਟੀ ਬੰਨੇ, ਕਾਲੀ ਬੰਨੇ, ਨੀਲੀ ਬੰਨੇ, ਦੁਮਾਲਾ ਸਜਾਵੇ, ਜਿੱਥੋਂ ਮਰਜ਼ੀ ਉਹਨੇ ਅਮਰਾ ਛਕਿਆ ਹੋਵੇ, ਇਹ ਨਾ ਭੁੱਲੋ ਉਹਨਾਂ ਦਾ ਬਾਪੂ ਵੀ ਕਲਗੀਆਂ ਵਾਲਾ ਤੇ ਸਾਡਾ ਬਾਪੂ ਵੀ ਉਹ ਹੀ ਹੈ। ਹੈਂਜੀ, ਇਹ ਨਹੀਂ ਭੁੱਲਣਾ, ਇਹ ਨਹੀਂ ਭੁੱਲਣਾ। ਜੇ ਕੋਈ ਤੁਹਾਡੇ ਨਾਲ ਦੀਵਾਰ ਵਧਾਉਣ ਦੀ ਕੋਸ਼ਿਸ਼ ਕਰਦਾ ਨਾ, ਉਹਨੂੰ ਹੋਰ ਗਲਵੱਕੜੀ 'ਚ ਲੈ ਲਿਆ ਕਰੋ ਯਾਰ। ਕੋਈ ਨਹੀਂ, ਕੋਈ ਨਹੀਂ, ਤੂੰ ਮੇਰੇ ਨਜ਼ਦੀਕ ਤੇ ਆ ਤੇ ਸਹੀ, ਫਿਰ ਤੈਨੂੰ ਪਤਾ ਲੱਗਣਾ ਜੋ ਤੂੰ ਸੁਣਿਆ ਉਹ ਸੱਚ ਹੈ ਕਿ ਗਲਤ ਹੈ। ਇੱਕ ਵਾਰੀ ਕੋਲ ਆ ਕੇ ਬਹਿ ਤੇ ਸਹੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਖੂਨ ਦੇ ਨਾਲ ਖੂਨ ਸਾਫ਼ ਕਰਨ ਦੀ ਕੋਸ਼ਿਸ਼ ਨਾ ਕਰੋ ਜੀ, ਪਾਣੀ ਦੇ ਨਾਲ ਖੂਨ ਸਾਫ਼ ਕਰੋ, ਚੰਗਾ ਵਿਹਾਰ ਕਰੋ ਬੁਰਿਆਂ ਨਾਲ ਵੀ। ਇਹ ਸੱਚਾਈ ਹੈ, ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਬੁਰਿਆਂ ਨਾਲ ਸਭ ਬੁਰੀ ਕਰੇਂਦੇ, ਮਾਫ਼ ਕਰਨ ਕਈ ਸਿਆਣੇ, ਬੁਰਿਆਂ ਨਾਲ ਸਭ ਬੁਰੀ ਕਰੇਂਦੇ ਨੇ, ਪਰ ਜਿਹੜੇ ਥੋੜ੍ਹੇ ਸਿਆਣੇ ਉਹ ਕਹਿੰਦੇ ਚੱਲ ਛੱਡ ਯਾਰ, ਮਾਫ਼ ਕਰਦੇ। ਬੁਰਿਆਂ ਨਾਲ ਸਭ ਬੁਰੀ ਕਰੇਂਦੇ, ਮਾਫ਼ ਕਰਨ ਕਈ ਸਿਆਣੇ, ਪਰ ਬੁਰਿਆਂ ਨਾਲ ਵੀ ਨੇਕੀ ਕਰਨੀ, ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜਾਣੇ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬੁਰਿਆਂ ਦੇ ਨਾਲ ਵੀ ਨੇਕੀ ਕਰਨੀ ਹੈ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖ ਜਾਣਦੇ ਨੇ ਜੀ। ਧੰਨ ਬਾਬਾ ਦੀਪ ਸਿੰਘ। ਦੇਖੋ ਬੜਾ ਆਨੰਦ ਜਿਸ ਨਾਮ 'ਚ, ਇਹ ਮੇਰਾ ਇੱਕ ਨਿੱਜੀ ਵਿਸ਼ਵਾਸ, ਮੈਂ ਬੋਲਣ ਲੱਗਾ, ਹੋ ਸਕਦਾ ਤੁਹਾਡੇ ਵਿਸ਼ਵਾਸ ਦਾ ਪੱਲੜਾ ਹੋਰ ਭਾਰੀ ਹੋ ਜੇ। ਬਾਬਾ ਦੀਪ ਸਿੰਘ ਦੇ ਨਾਮ 'ਚ ਏਡੀ ਤਾਕਤ, ਏਡੀ ਤਾਕਤ, ਇਹ ਮੇਰਾ ਨਿੱਜੀ ਵਿਸ਼ਵਾਸ, ਕੋਈ ਮੰਨੇ ਨਾ ਮੰਨੇ, ਮੰਨੋਗੇ ਭਲਾ, ਨਹੀਂ ਮੰਨੋਗੇ ਤਾਂ ਵੀ ਭਲਾ, ਪਰ ਮੰਨ ਕੇ ਵੇਖਿਓ। ਅਚਾਨਕ ਮੰਨ ਲਓ ਸਾਡੇ ਉੱਤੇ ਕੋਈ ਮੁਸ਼ਕਲ ਦਾ ਸਮਾਂ ਆ ਗਿਆ, ਉਦਾਂ ਬਾਬਾ ਸਭ 'ਤੇ ਕਿਰਪਾ ਦਾ ਖਾਤਾ ਖੋਲ੍ਹੇ, ਪਰ ਸਰੀਰ ਏ ਸੁੱਖ ਦੁੱਖ ਚੱਲਦੇ ਨੇ, ਵਿਚਰਦੇ ਆ, ਗੱਡੀ ਰੋਡ 'ਤੇ ਚੱਲ ਰਹੀ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਿਨ 'ਤੇ ਲੱਗੇਗੀ, ਥੋੜ੍ਹੀ ਬਹੁਤੀ ਲੱਗੇਗੀ। ਹੈ ਜੀ, ਸੁਣਿਓ, ਕਿਸੇ ਦਿਨ ਅਚਾਨਕ ਕੋਈ ਮੁਸ਼ਕਲ ਦਾ ਸਮਾਂ ਆ ਗਿਆ, ਅਚਾਨਕ। ਕਈ ਵਾਰੀ ਮੁਸ਼ਕਲਾਂ ਇਹੋ ਜਿਹੀਆਂ ਹੁੰਦੀਆਂ ਜਿੰਨਾਂ ਮੁਸ਼ਕਲਾਂ ਦਾ ਬੰਦੇ ਨੂੰ ਪਤਾ ਹੁੰਦਾ, ਮੈਂ ਇਹ ਕੰਮ ਕੀਤਾ ਅਤੇ ਇਹੋ ਜਿਹਾ ਰਿਜ਼ਲਟ ਮੇਰੇ ਸਾਹਮਣੇ ਆਉਣਾ, ਕਈ ਮੁਸ਼ਕਲਾਂ ਦਾ ਤਾਂ ਪਤਾ। ਪਰ ਕਈ ਮੁਸ਼ਕਲਾਂ ਹੁੰਦੀਆਂ ਅਚਨਚੇਤ ਆ ਜਾਂਦੀਆਂ, ਜਿਹਨਾਂ ਬਾਰੇ ਪਤਾ ਹੀ ਨਹੀਂ, ਨੌਲੇਜ ਹੀ ਨਹੀਂ, ਪਤਾ ਹੀ ਨਹੀਂ। ਹੁਣ ਸੁਣਿਓ, ਜੇ ਅਚਾਨਕ ਕੋਈ ਮੁਸ਼ਕਲ ਦਾ ਸਮਾਂ ਬਣ ਜੇ ਨਾ, ਕੋਸ਼ਿਸ਼ ਕਰੋ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ, ਚੌਪਈ ਸਾਹਿਬ ਦੀ ਬਾਣੀ ਪੜ੍ਹ ਕੇ ਅਰਦਾਸ ਕਰੋ। ਪਰ ਕਈ ਵਾਰੀ ਜਪਜੀ ਸਾਹਿਬ ਕਰਨ ਦਾ, ਚੌਪਈ ਸਾਹਿਬ ਕਰਨ ਦਾ ਵਕਤ ਹੀ ਨਹੀਂ ਹੁੰਦਾ, ਮੁਸ਼ਕਲ ਏਡੀ ਹੈਵੀ ਹੋ ਜਾਂਦੀ, ਜਾਂ ਬਾਣੀ ਨਹੀਂ ਕੰਠ ਹੁੰਦੀ ਕਈਆਂ ਨੂੰ, ਕੀ ਕਰਾਂਗੇ ਫਿਰ? ਉਸ ਵੇਲੇ ਕੁਝ ਕਰੋ ਨਾ ਕਰੋ, ਇੱਕ ਕੰਮ ਕਰ ਲਿਓ, ਪਤਾ ਕਿਹੜਾ? ਚਾਰ ਵਾਰੀ ਕਹਿਣਾ ਵਾਹਿਗੁਰੂ, ਕਵੋ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿ ਤੇ ਇੱਕ ਵਾਰੀ ਕਹਿਣਾ ਧੰਨ ਧੰਨ ਬਾਬਾ ਦੀਪ ਸਿੰਘ ਤੇ ਏਡੀ ਸ਼ਰਧਾ ਨਾਲ ਕਹਿਣਾ ਹੈ ਵਾਹਿਗੁਰੂ ਮੇਰਾ ਬਾਬਾ ਦੀਪ ਸਿੰਘ ਹੈ ਤੇ ਬਾਬਾ ਦੀਪ ਸਿੰਘ ਹੀ ਮੇਰਾ ਵਾਹਿਗੁਰੂ ਹੈ ਹੈਂਜੀ ਇਹ ਪਰਮੇਸ਼ਰ ਨੇ ਰੱਬ ਦੇ ਪਿਆਰੇ ਪਰਮੇਸ਼ਰ ਉਹ ਨਾਮ ਜਪ ਜਪ ਕੇ ਜਿਹਦਾ ਨਾਮ ਜਪਦੇ ਨੇ ਉਹਦਾ ਰੂਪ ਬਣ ਗਏ ਨੇ ਹੈਂਜੀ ਇਹ ਰੱਬ ਨੇ ਕੋਈ ਹੋਰ ਰੱਬ ਨਹੀਂ ਆਪਾਂ ਲੱਭਣਾ ਅਚਾਨਕ ਕੋਈ ਮੁਸ਼ਕਲ ਦਾ ਸਮਾਂ ਬਣ ਗਿਆ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਖੰਡੇ ਵਾਲੇ ਬਾਬੇ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਗਰੰਟੀ ਨਾਲ ਕਹਿੰਦਾ ਰੱਖਿਓ ਭਾਵਨਾ ਦੀ ਵੱਡੀ ਅੱਖ ਚਾਰ ਵਾਰੀ ਤੁਸੀਂ ਵਾਹਿਗੁਰੂ ਇੱਕ ਵਾਰੀ ਬਾਬਾ ਦੀਪ ਸਿੰਘ ਦਾ ਨਾਮ ਲੈਣਾ ਸ਼ੁਰੂ ਕਰੋ ਇਧਰੋਂ ਬਾਬਾ ਦੀਪ ਸਿੰਘ ਦਾ ਨਾਮ ਲੈਣਾ ਸ਼ੁਰੂ ਕਰੋਗੇ ਉਦੋਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਏਗਾ ਬੋਲੇ ਸੋ ਨਿਹਾਲ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਇੱਕ ਗੱਲ ਹੋਰ ਸੁਣ ਲਓ ਫਿਰ ਆਪਾਂ ਸ਼ਬਦ ਪੜ੍ਹਨਾ ਇੱਕ ਵਾਰੀ ਪੁੱਛ ਲਾ ਚੜ੍ਹਦੀ ਕਲਾ ਚ ਅਗਲੀ ਗੱਲ ਸੁਣੋ ਫਿਰ ਆਪਾਂ ਰਲ ਕੇ ਸ਼ਬਦ ਪੜਾਂਗੇ ਜਦੋਂ ਤੱਕ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਨਹੀਂ ਨਾ ਕਰਦੇ ਉਦੋਂ ਤੱਕ ਪਰਮੇਸ਼ਰ ਦੇ ਉੱਤੇ ਤੁਸੀਂ ਵਿਸ਼ਵਾਸ ਕਰ ਹੀ ਨਹੀਂ ਸਕਦੇ ਪਹਿਲੇ ਵਿਸ਼ਵਾਸ ਕਰੋ ਆਪਣੇ ਉੱਪਰ ਸੈਲਫ ਕੌਨਫੀਡੈਂਸ ਉਹੀ ਗੱਲ ਆ ਗਈ ਜੋ ਮੈਂ ਪਹਿਲੇ ਬੋਲੀ ਆਪਣੇ ਉੱਤੇ ਵਿਸ਼ਵਾਸ ਰੱਖੋ ਮੈਂ ਕਰ ਸਕਦਾ ਜਿਹੜਾ ਆਪਣੇ ਉੱਪਰ ਵਿਸ਼ਵਾਸ ਰੱਖਦਾ ਹੈ ਨਾ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰ ਕੀ ਹੋ ਸਕਦਾ ਜਿਹਦਾ ਆਪਣੇ ਉੱਪਰ ਭਰੋਸਾ ਨਹੀਂ ਉਹ ਗੁਰੂ ਰਾਮਦਾਸ ਦੇ ਉੱਤੇ ਬਾਬਾ ਦੀਪ ਸਿੰਘ ਉੱਤੇ ਵੀ ਭਰੋਸਾ ਨਹੀਂ ਜੇ ਕਰ ਸਕਦਾ ਹੈਂਜੀ ਆਪਣੇ ਉੱਤੇ ਭਰੋਸਾ ਰੱਖ ਕੇ ਚੱਲਿਆ ਕਰੋ ਭਰੋਸਾ ਰੱਖ ਕੇ ਅਤੇ ਭਰੋਸਾ ਵੀ ਕਿਹੋ ਜਿਹਾ ਮੈਂ ਜਾ ਰਿਹਾ ਇਹ ਕੰਮ ਤਾਂ ਮੈਂ ਕਰ ਲੈਣਾ ਅਤੇ ਕਰਨਾ ਪਤਾ ਕਿਉਂ ਹੈ ਕਿਉਂਕਿ ਉਹ ਮੇਰੇ ਨਾਲ ਹੈ ਹੈਂਜੀ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੱਡ ਉਹ ਮੇਰੇ ਨਾਲ ਹੈ ਬਸ ਆਹ ਚੀਜ਼ ਰੱਖੋ ਆਪਣੇ ਅੰਦਰ ਮੇਰੀ ਬੇਨਤੀ ਹੈ ਰੋਜ਼ ਜਿਹੜਾ ਅਸੀਂ ਨਾਰਾ ਬੁਲੰਦ ਕਰਦੇ ਹਾਂ ਜਿਹੜਾ ਮੈਂ ਮੋਟਿਵ ਲੈ ਕੇ ਚੱਲਿਆ ਹੋਇਆ ਉਹ ਚੀਜ਼ ਨੂੰ ਇੱਕ ਵਾਰੀ ਦੁਹਰਾਓ ਫਿਰ ਆਪਾਂ ਫਤਿਹ ਬੁਲਾ ਕੇ ਸ਼ਬਦ ਪੜ੍ਹਨਾ ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏ ਪਹਿਲੇ ਆਪ ਸਵਰੋ ਇਹ ਮੈਂ ਰੋਜ਼ ਕੀਰਤਨ 'ਚ ਬੋਲਦਾ ਤਿੰਨ ਤੋਂ ਚਾਰ ਵੀ ਰਾਤੀਂ ਦਸ ਤੋਂ ਗਿਆਰਾਂ ਵੀ PTC ਸਿਮਰਨ 'ਤੇ ਡੇਲੀ ਗੁਰੂ ਜੀ ਦੀ ਕਿਰਪਾ ਨਾਲ ਪਹਿਲੇ ਆਪਣੇ ਆਪ ਨੂੰ ਸਵਾਰ ਫਿਰ ਪਰਿਵਾਰ ਫਿਰ ਸਮਾਜ ਵੱਲ ਚੱਲ ਅਸੀਂ ਗਲਤੀ ਕੀ ਕਰਦੇ ਪਹਿਲੇ ਸਮਾਜ ਨੂੰ ਸੁਧਾਰਨ ਤੁਰ ਪੈਂਦੇ ਹਾਂ ਆਪਣੇ ਆਪ ਦਾ ਪਤਾ ਹੀ ਕੋਈ ਨਹੀਂ ਪਰਿਵਾਰ ਦਾ ਪਤਾ ਹੀ ਕੋਈ ਨਹੀਂ ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਇੱਕ ਵਾਰੀ ਪਿਆਰ ਨਾਲ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 205 ਨੰਬਰ ਅੰਗ ਦੇ ਉੱਤੇ ਦਰਜ ਕੀਰਤਨ ਸੋਹਲੇ ਦੀ ਬਾਣੀ ਰੋਜ਼ ਤੁਸੀਂ ਪੜ੍ਹਦੇ ਹੋ ਅਤੇ ਇਹ ਸ਼ਬਦ ਰੋਜ਼ ਤੁਸੀਂ ਸਾਰੇ ਪੜ੍ਹਦੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਬੜੇ ਪਿਆਰ ਦੇ ਵਿੱਚ ਆਓ ਇਹ ਸ਼ਬਦ ਸਾਰੀ ਸੰਗਤ ਕਿਰਪਾ ਕਰਿਓ ਜੀ ਮੋਕੋ ਕਰ ਸੰਤਨ ਕੀ ਤੋਰੇ ਮੋਕੋ ਕਰ ਸੰਤਨ ਕੀ ਤੋਰੇ ਮੋ
को कर संतन की तोरे, मोको कर संतन की तोरे, मोको कर संतन की तोरे, मोको कर संतन की तोरे। नानक दास ए है सुख मांगे, हो नानक दास ए है सुख मांगे, हो मोको कर संतन की तोरे, मोको कर संतन की तोरे, मोको कर संतन की तोरे, मोको कर संतन की तोरे। तन तन बाबा दीप सिंह जी, 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 तन तन बाबा दीप सिंह, मोको कर संतन की तोरे, मोको कर संतन की तोरे, मोको कर संतन की तोरे, मोको कर संतन की तोरे। करो बिनंती सुनो मेरे मीता, हो करो बिनंती सुनो मेरे मीता, संत टहल की बेला, खाट चलो हर लाहा, इहा खाट चलो हर लाहा, आगे बसन सोहेला, आगे बसन सुहेला, जिमो को कर संतन की तोरे, मोको कर संतन की तोरे,
ਕੋ ਕਰ ਸੰਤਨ ਕੀ ਤੂਰੇ ਮੋਕੋ ਕਰ ਸੰਤਨ ਕੀ ਤੂਰੇ ਕਟੈ ਦਿਨਸ ਰਹਿਣਾ ਰੇ ਓਦ ਕਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਮਨ ਗੁਰ ਮਿਲ ਕਾਜ ਸਵਾਰੇ ਇਹੋ ਸੰਸਾਰ ਬੇਕਾਰ ਸੰਸੇ ਮੈਂ ਇਹੋ ਸੰਸਾਰ ਬੇਕਾਰ ਸੰਸੇ ਜਿਸੇ ਜਗਾਏ ਪਿਆਵੇ ਇਹੋ ਰਸ ਹੋ ਜਿਸੇ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿੰਨ ਜਾਨੀ ਅਕਥ ਕਥਾ ਤਿੰਨ ਜਾਨੀ ਜਿਮੋ ਕੋ ਕਰ ਸੰਤਨ ਕੀ ਤੂਰੇ ਮੋਕੋ ਕਰ ਸੰਤਨ ਕੀ ਤੂਰੇ ਮੋਕੋ ਕਰ ਸੰਤਨ ਕੀ ਤੂਰੇ ਸਾਰੇ ਕਰੋ ਅਰਦਾਸ ਮੋਕੋ ਕਰ ਸੰਤਨ ਕੀ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਧੰਨ ਧੰਨ ਬਾਬਾ ਓ ਬਾਬਾ ਧੰਨ ਧੰਨ ਬਾਬਾ ਜੀ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਜਾਂ
ਕੋ ਆਏ ਸੋਈ ਬਿਹਾਰ ਚੋ ਚਾਕੋ ਆਏ ਸੋਈ ਬਿਹਾਰ ਚੋ ਹਰ ਗੁਰਤੇ ਮਨੇ ਬਸੇਰਾ ਹਰ ਗੁਰਤੇ ਮਨ ਹੈ ਬਸੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਹੋ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ ਕਰ ਸੰਤਨ ਕੀ ਤੋਰੇ ਮੋਕੋ ਕਰ ਸੰਤਨ ਕੀ ਤੋਰੇ ਮੋਕੋ ਕਰ ਸੰਤਨ ਕੀ ਤੋਰੇ ਗੱਜ ਕੇ ਮੋਕੋ ਕਰ ਸੰਤਨ ਕੀ ਅੰਤਰ ਜਾਮੀ ਪੁਰਖ ਬਿਧਾਤੇ ਹੋ ਅੰਤਰ ਜਾਮੀ ਪੁਰਖ ਬਿਧਾਤੇ ਬੋਲੋ ਸੰਗਤ ਸਾਰੀ ਗੱਜ ਕੇ ਅੰਤਰ ਮਨ ਕੀ ਪੂਰੇ ਸ਼ਰਧਾ ਮਨ ਕੀ ਪੂਰੇ ਸੰਗਤ ਬੋਲੇ ਗੱਜ ਕੇ ਬੋਲੋ ਸ਼ਰਧਾ ਮਨ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੋਰੇ 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 ਧੰਨ ਧੰਨ ਬਾਬਾ ਦੀਪ ਸਿੰਘ ਜੀ
ਧੰਨ ਧੰਨ ਬਾਬਾ ਦੀਪ ਸਿੰਘ ਜੀ, 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 ਧੰਨ ਧੰਨ ਬਾਬਾ ਦੀਪ ਸਿੰਘ, ਗੱਜ ਕੇ ਨਾ ਲਓ ਬਾਪੂ ਦਾ, ਬਾਬਾ ਦੀਪ ਸਿੰਘ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ, ਸੰਤਨ ਕੀ ਮਹਿਮਾ ਕਵਨ ਵਖਾਨੋ, ਅਗਾਧ ਮੋਦ ਕਿਛ ਮਿਤ ਨਹੀਂ ਜਾਨੋ, ਪਾਰ ਬ੍ਰਹਮ ਮੋਹੇ ਕਿਰਪਾ ਕੀਜੈ, ਕਿਹੜੀ ਕਿਰਪਾ, ਪਾਰ ਬ੍ਰਹਮ ਮੋਹੇ ਕਿਰਪਾ ਕੀਜੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ, ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਿਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ।
ਇਹ ਜੀ ਦੇ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ 2 ਤੇਰੀਆਂ ਦੀ 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ 2 ਤੇਰੀਆਂ 50 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ, ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ, ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98 100 99 513 98 1513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ
ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।